ਸਤਿ ਸ਼੍ਰੀ ਅਕਾਲ ਜੀ, ਆਸ ਕਰਦੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੌਗ। ਤੁਹਾਨੂੰ ਪਤਾ ਹੀ ਹੈ ਅੱਜ ਮੰਮੀ ਹੋਣਾ ਨੇ ਆਉਣਾ ਆ, ਇਸ ਕਰਕੇ ਆਪਾਂ ਦੋਨੇ ਜਣੇ ਸਾਰੇ ਜਣੇ ਜਲਦੀ ਉੱਠ ਖੜੇ ਸੀ। ਇੱਧਰ ਦਿਲ ਖੁਸ਼ ਵੀ ਆਪਦਾ ਕੰਮ ਨਿਬੇੜੀ ਜਾਂਦੇ ਨੇ, ਫਰਸ਼ ਫੁਰਸ਼ ਧੋਈ ਜਾਂਦੇ ਨੇ। ਇੱਧਰ ਆਪਣੀਆਂ ਰੀਮਾਂ ਸੀਮਾਂ ਹੋਣੀ ਸਾਰੀਆਂ ਨਵਾ ਕੇ ਖੜਾ ਤੀਆਂ। ਦੇਖੋ ਇਹਨਾਂ ਦੀ ਵੀ ਨਿਕਲ ਗਈ ਵਿਚਾਰੀਆਂ ਦੀ ਗਰਮੀ। ਉੱਧਰ ਲੀਲੋ ਵੇਖ ਲਓ, ਉਹ ਵੀ ਨਹਾ ਕੇ ਖੜੀ ਆ ਮੌਜਾਂ ਨਾਲ। ਇੱਧਰ ਇਹਨਾਂ ਵਾਸਤੇ ਕੂਲਰ ਚੱਲੀ ਜਾਂਦਾ, ਆ ਖੜੀ ਲੀਲੋ। ਲੀਲੋ ਚ ਬੱਚਿਆਂ ਵਰਗੀ ਆ, ਮੈਂ ਬਹੁਤ ਮੈਨੂੰ ਵਧੀਆ ਲੱਗਦੀ ਹੈ। ਇੱਧਰ ਝੋਨਾ ਵੀ ਲੱਗ ਗਿਆ, ਇੱਧਰ ਆਪਣਾ ਪਤਾ ਨਹੀਂ ਚਰੀ ਆ ਕਿ ਮੱਕਾ, ਇਹ ਵੀ ਨਿਕਲ ਆਇਆ। ਹਾਂਜੀ ਇੱਧਰ ਇਹਨਾਂ ਨੂੰ ਵੀ ਪੱਠੇ ਪੁੱਠੇ ਪਾ ਤੇ, ਪਰ ਇਹਨਾਂ ਨੂੰ ਦਿਲ ਖੁਸ਼ ਨਵਾਉਂਦੇ ਬਹੁਤ ਘੱਟ ਆ। ਕਹਿ ਦਿੰਦੇ ਆ ਕੀ ਕਰਨਾ ਇਹਨਾਂ ਨੇ ਨਹਾ ਕੇ, ਨਵਾ ਦੇਣ ਤਾਂ ਵਿਚਾਰੀਆਂ ਦੀ, ਇਹਨਾਂ ਦੀ ਵੀ ਗਰਮੀ ਨਿਕਲ ਜੇ। ਉਹ ਛੋਟੀਆਂ ਨੂੰ ਤਾਂ ਨਵਾ ਦਿੰਦੇ ਆ, ਆਹ ਖਰਾਬ ਬਹੁਤ ਆ, ਇਹ ਤੰਗ ਬਹੁਤ ਕਰਦੀਆਂ, ਇਸ ਕਰਕੇ ਦਿਲ ਖੁਸ਼ ਥੋੜ੍ਹਾ ਜਿਹਾ ਇਹਨਾਂ ਨੂੰ ਘੱਟ ਨਵਾ ਕੇ ਰਾਜ਼ੀ ਆ। ਮੈਂ ਤਾਂ ਬਹੁਤ ਕਹਿੰਦੀ ਹਾਂ ਵੀ ਚਲੋ ਨਵਾ ਦਿਓ, ਪਰ ਕਹਿ ਦਿੰਦੇ ਆ ਇਹ ਖਰਾਬ ਆ, ਇਹਨਾਂ ਨੂੰ ਨਹੀਂ ਨਵਾਉਣਾ। ਚਲੋ ਕੋਈ ਨਹੀਂ, ਜਿੱਦਣ ਇਹਨਾਂ ਦੇ ਜੀ ਕਰਦਾ ਨਾ ਉੱਦਣ ਆਪੇ ਨਵਾ ਦੇਣਗੇ। ਆਪਾਂ ਕੱਲ੍ਹ ਮਹਿੰਦੀ ਲਵਾ ਕੇ ਆਏ ਸੀ, ਦੇਖੋ ਸਾਰੇ ਜਾਣੇ ਦੱਸੋ ਕਿੱਦਾਂ ਲੱਗੀ ਤੁਹਾਨੂੰ ਮੇਰੀ ਮਹਿੰਦੀ। ਇੱਧਰ ਮੰਮੀ ਵੀ ਆ ਗਏ, ਬਸ ਹੁਣ ਅਸੀਂ ਧਾਰਾਂ 'ਚ ਆਵਾਂਗੇ ਚਾਹ ਪੀ ਕੇ। ਇੱਧਰ ਡੈਡੀ ਚਾਹ ਪੀ ਰਹੇ ਨੇ, ਇੱਧਰ ਮੰਮੀ ਆਪਣਾ ਸਮਾਨ ਲੈ ਕੇ ਆ ਗਏ, ਫਿਰ ਆਪਾਂ ਧਾਰਾਂ 'ਚ ਆਵਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ, ਆਸ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੌਗ। ਸੋ ਟਾਈਮ ਜਿਹੜਾ ਹੋ ਚੁੱਕਿਆ 6 o'clock, ਜਾਣੀ ਕਿ 6 ਵੱਜ ਗਏ ਸਵੇਰ ਦੇ। ਗੁੱਡ ਮਾਰਨਿੰਗ ਜੀ। ਅਤੇ ਪਹਿਲਾਂ ਵੈਸੇ ਤਾਂ ਦਵਿੰਦਰ ਪੰਗੇ ਲਈ ਜਾਂਦੀ ਸੀਗੀ, ਪਤਾ ਨਹੀਂ ਕਿੱਦਾਂ ਦੀਆਂ ਕਲਿੱਪਾਂ ਬਣਾਈਆਂ ਹੋਣਗੀਆਂ ਉਹਨੇ। ਕਹਿੰਦੀ ਮੈਂ ਅੱਜ ਵਲੌਗ ਬਣਾਇਆ ਮੈਨੂੰ, ਕਹਿੰਦੀ ਮੈਂ ਚੱਲ ਕੋਈ ਨਹੀਂ, ਜੇ ਵਧੀਆ ਹੋਊਗਾ ਤਾਂ ਪਾ ਦਿਆਂਗੇ, ਅਤੇ ਨਹੀਂ ਤਾਂ ਫਿਰ ਆਪਣੇ ਲਈ ਦੇਖ ਲਿਓ, ਅਤੇ ਜੇ ਨਾ ਵੀ ਵਧੀਆ ਹੋਊਗਾ ਤਾਂ ਵੀ ਕੋਈ ਗੱਲ ਨਹੀਂ ਗੀ, ਹੌਲੀ ਹੌਲੀ ਦਵਿੰਦਰ ਆਪੇ ਸਿੱਖ ਲਿਓ ਆਪਾਂ। ਇਹਦੇ ਕਿਹੜਾ ਕੋਈ ਧੱਕਾ ਸੰਗ ਲੱਗਦੀ ਹੁੰਦੀ, ਹਰੇਕ ਬੰਦੇ ਨੂੰ ਹੌਲੀ ਹੌਲੀ ਲੈ ਜਾਂਦੀ ਆ, ਅਤੇ ਅੱਜ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਦਵਿੰਦਰ ਨੂੰ ਦੇਣਾ ਵਾ ਸੰਧਾਰਾ, ਉਹਦੇ ਕਰਕੇ ਸਾਰੇ ਖਿਡਾਰੀ ਟਾਈਮ ਨਾਲ ਉੱਠੇ ਵੇ। ਇੱਧਰ ਸੈਟਿੰਗ ਹੋ ਗਈ, ਰਾਤ 100 ਰੁਪਏ ਦੇ ਮੋਮੋ ਤਾਂ ਮੈਂ ਖਵਾਏ ਇਹਨੂੰ, ਤਾਂ ਕਰਕੇ ਖੁਸ਼ ਹੋਈ ਫਿਰਦੀ ਹੈਗੀ, ਨਹੀਂ ਤਾਂ ਕੱਲ੍ਹ ਤਾਂ ਗੁੱਸੇ ਸੀਗੀ। ਇੱਧਰ ਸਾਰੇ ਕਾਹਦੇ 70 ਲੋਅਰ 'ਚ ਹੋਣਗੇ, ਉਹ ਆ ਰਹੇ ਨੀ ਬਈ, ਰਾਤ ਮੇਰੇ ਆਹੀ ਭਾਈ ਸੀਗੀ, ਦੇਖ ਲਓ ਇਹੋ ਜਿਹਾ ਭਲਾਈ ਦਾ ਜ਼ਮਾਨਾ ਹੀ ਹੈ ਨੀ। 70 ਰੁਪਏ ਮੰਗ ਲਏ, ਲੈ ਵੀ ਪਾਣੀ ਆ ਦੇਣੇ ਹੀ ਆ, 80 ਹੈ 70 ਨਹੀਂ ਹੁੰਦਾ। ਕਿਵੇਂ ਆ ਤੂੰ, ਕਿਵੇਂ ਜਰਾਬਾਂ ਪਾਈ ਫਿਰਦੀਆਂ? ਆਇਆ ਫਿਰ ਗਰਮੀ 'ਚ ਜਰਾਬਾਂ ਪਾ ਕੇ ਕੰਮ ਕਰਦੇ ਹਾਂ, ਪੈਰ ਸਾਫ਼ ਰਹਿੰਦੇ ਆ ਕਹਿੰਦੇ ਇਹਦੇ ਨਾਲ, ਅਤੇ ਸਾਰੇ ਜਣੇ ਚਲੋ ਟਾਈਮ ਨਾਲ ਉੱਠ ਖੜੇ ਹਾਂ, ਟਾਈਮ ਟਾਈਮ ਨਾਲ ਹੀ ਕੰਮ ਨਿਬੇੜਦੇ ਹਾਂ, ਅੱਜ ਪਾਣੀ ਦੀ ਵਾਰੀ ਵੀ ਹੈ ਨਾ। ਕੀ ਕਹਿੰਦੇ ਜੀ ਦਵਿੰਦਰ? ਚਲੋ ਚਾਹ ਪਾਣੀ ਖਿੱਚ ਕੇ ਦਾ ਪੀ ਕੇ, ਨਾਲੇ ਪੱਠੇ ਪੁੱਠੇ ਵੱਢ ਕੇ ਲਿਆਉਣੇ, ਨਾਲੇ ਵਾਹਣ ਪਾਉਣਾਗੇ, ਵੱਟਾਂ ਪਾਉਣਾਗੇ, ਪਾਣੀ ਦੀ ਵਾਰੀ ਆ, ਜੋ ਤੋਂ ਬਾਅਦ ਉਹਨੂੰ ਫਿਰ ਉਹ ਰਾਸ਼ੂ ਵਰਗੇ ਆ ਜਾਣਗੇ, ਫਿਰ ਤਾਂ ਤੁਹਾਨੂੰ ਪਤਾ ਟਾਈਮ ਲੱਗਦਾ ਨਹੀਂ ਹੁੰਦਾ, ਬੰਦੇ ਨੂੰ ਕੋਲੇ ਬੈਠਣਾ ਪੈਂਦਾ ਘੰਟਾ 2 ਘੰਟੇ। ਅੱਜ ਐਂ ਮੂੰਹ ਚੱਕਿਆ ਗਿਆ ਜੀ, ਅੱਜ ਹਿੱਲ ਗਈ ਨਾ ਤੇਰੇ ਡੰਡੇ ਪੈਣਗੇ, ਮੂੰਹ ਵੇਖੋ ਇੱਧਰ ਨੂੰ, ਕੰਨ ਤਾਂ ਉਹਨੂੰ ਕਰਕੇ ਕਰਿਆ ਹੋਇਆ, ਬਹੁਤ ਤੰਗ ਕਰਦੀ ਹੈ, ਚਵਾਉਂਦੀ ਨਹੀਂ ਗੀ, ਕਦੇ ਇੱਧਰ ਲੱਤ, ਕਦੇ ਉੱਧਰ ਲੱਤ, ਕਦੇ ਇੱਧਰ ਲੱਤ, ਕਦੇ ਉੱਧਰ ਲੱਤ, ਡੰਡਿਆਂ ਦੀ ਯਾਰ ਹੈ ਵੀ। ਪੰਪ ਵਾਲੇ ਪਾਈ ਜਾਂਦੇ ਸੀਗੇ CNG, ਤੁਹਾਨੂੰ ਪਤਾ CNG ਪੈਣ 'ਤੇ ਟਾਈਮ ਲੱਗਦਾ ਹੈਗਾ ਹੈ ਨਾ ਥੋੜ੍ਹਾ ਜਿਹਾ, ਸੋ ਉਹਦੇ ਕਰਕੇ ਫਿਰ ਮੈਂ ਟਰੈਕਟਰ ਉੱਥੇ ਖਲਿਆਰਿਆ, ਮੈਂ ਚਲੋ ਆਪਾਂ ਉਹਨਾਂ ਚਿਰ ਤਾਰ ਹੀ ਖੋਲ ਜਾਈਏ, ਫਿਰ ਐਵੇਂ ਇੱਥੇ ਖਲਿਆਰਾਂਗੇ, ਉਤਰਾਂਗੇ, ਹੁਣ ਤਾਂ ਉਤਰੇ ਕਰੀ ਸੀਗੇ ਅਤੇ ਕੰਮ ਨਿਬੜੂਗਾ ਭਰਾ। ਐਸ਼ਾ ਵਾ ਚੱਲ ਬਈ, ਮੈਂ ਤੋਂ ਵੱਢ ਲਗੇ ਪੱਠੇ, ਫਿਰ ਦਿੰਦੇ ਹਾਂ ਦਾਣੇ ਇਹਨਾਂ ਨੂੰ ਆਪਾਂ ਬਾਣ ਜਿਹਨੂੰ ਅੱਜ। ਲਓ ਵੀ ਕੰਮ ਕਾਰ ਆਪਣੇ ਜਿਹੜੇ ਆਪਾਂ ਖਿੱਚਦੇ ਹੈਗੇ ਸਾਰੇ ਨਿਬੇੜਦੇ ਆ, ਪੱਠੇ ਵੱਢ ਲਿਆਂਦੇ ਆ, ਪਸ਼ੂ ਨਵਾ ਕਰਕੇ ਅੱਜ ਥੋੜ੍ਹੇ ਲੇਟ ਹੋ ਗਏ, ਕੈਟ ਹਰ ਗਈਆਂ। ਏ ਕੈਟ ਹਾਓ ਆਰ ਯੂ ਬੇਬੀ? ਸਰਕਸ ਮੈਂ ਕਹਾਂ ਕੀ ਕਰੀ ਜਾਂਦਾ, ਇੱਕ ਮਿੰਟ ਮੈਨੂੰ ਕਿਸੇ ਨੇ ਬਾਈ ਨੇ ਪੁੱਛਿਆ ਸੀਗਾ ਸਰਕਸ, ਮੈਂ ਕਹਾਂ ਕਿਉਂ ਕਹਿਣੇ ਹੋ, ਅਤੇ ਵੀ ਇਹ ਕੀ ਕਰਦੀਆਂ ਹੈਗਾ। ਆਹ ਜਿਹੜੀ ਸਰਨ ਉਰਲੇ ਪਾਸੇ ਖੜੀ ਹੈ ਨਾ, ਇਹ ਦੋ ਲੱਤਾਂ ਰੱਖ ਲੈਂਦੀ ਹੈ ਵਿੱਚ ਖੁਰਨੀ ਦੇ, ਅਤੇ ਇੱਦਾਂ ਐਂ ਖੜੀ ਹੋ ਜਾਂਦੀ ਹੈ ਜਿਵੇਂ ਉਹ ਨਹੀਂ ਖੜੇ ਕਰ ਦਿੰਦੇ, ਮਤਲਬ ਸ਼ੇਖ ਸ਼ੁਕਰ ਜੀ ਨਹੀਂ ਖੜੇ ਕਰਦੇ ਹੁੰਦੇ ਸਰਕਸ 'ਤੇ, ਬੋ ਰੱਖ ਦਿੰਦੇ ਆ ਕੀ ਨਾਮ ਮੇਚ, ਮੂਹਲੀਆਂ ਲੱਤਾਂ ਉੱਤੇ ਰੱਖ ਕੇ ਇੱਦਾਂ ਖੜੇ ਹੋ ਜਾਂਦੇ, ਇੱਦਾਂ ਹੋ ਜਾਂਦੀ ਹੈ, ਤਾਂ ਕਰਕੇ ਇਹਦਾ ਨਾਮ ਅਸੀਂ ਸਰਕਸ ਮਹਿਕਮਾ ਰੱਖਿਆ, ਅਤੇ ਐਂ ਕੀ ਆਹ ਵਾਲੇ ਘੀਰੇ ਨੂੰ ਵਾਢਾ ਲਾਤਾ, ਬਹੁਤ ਵੱਡਾ ਘੀਰਾ ਸੀਗਾ ਇਹ,
मतलब उत्थों तक सी आ जगह तक आए सारा इतों तक आए थले पर यह भी अंत कि मिला खत्म करेंगे क्योंकि कहने फिर नवंगा पाथियां पत्थ के होर लावे तो बाकी काम कार जोड़े चली जाते कल अपना वाहन वाहन वाला रह गया वो आप चाह पानी दुध पी के फिर जावे वाहन वाहन बाकी तकरीबन तकरीबन अपना सारा काम करता गया दो वट्टा पाया बस वो बब्बू वर्गिया ने भी आपदी बौंकर चक लिया झाड़ू वाले आ गए भाई महकमा चले गए चलो आप भी चाह पानी पी गए फिर जावे ये आपका कर देंगे काम कार गंढे गुंढे चीर देंगे दाल सब्जी बनाने वास्ते जो आप चलते हैं खेत आप मार देंगे हलों ना बाह के उन्होंने तैयार कर देंगे डेढ़ी खाल खूल सवार के आ गए थे तो बापू भी फिर आजू मगर जिंदर ही लियाऊगा फिर बटना खिंच के फिर घर आ जाएंगे लो भी बाहन बाहन वाला तो आप काम कार करता सी हूँ तुम सोचोगे आ कड़ंगी जी का चक्की जाना सोए बनाई आप एक आइटम जिमें कि जामन जुमन नहीं तोड़ देंगे कि कोई अंब तुंब नहीं तोड़ देंगे ऐ जी है ना सो अपने ना अमरूद लगे पे है बूटों के मम्मी उत्ते खड़ी बारी च देखी जाती सी भी अमरूद लगे आदों की रौला पाई जाती है वे छोरा अमरूद तोड़ लिया वे मुंडे अमरूद तोड़ लिया पता नहीं कोई हैगा भी कोई कि नहीं मैं ता बनाई है वैसे अमरूद तो हूँ लगे पे है देखो पर इन्हें च पक्का पुक्का मैं कोई दीदा नहीं गा थोड़ा कोई किथे जे आ ओए ओ ता मैनू पता है एक ता आओ जीगा ए पहला आ तोड़न दे ए ए ऐ कर ऐ टूटे नहीं मरूता आप तोड़ लिया कामयाब हो गए पर थोड़ा जा काना है काना एक पास वढ़ दो इनू कितने अमरूद आखो करा किडे किडे है हैं पर नहीं गए पक्के नहीं अजे ओ देखो जीव बेख कि लौकी जा बुरछ नाल तोड़ देंगी कितने आ पानी डिकली जाता ना जीव तो आगा वे इथे जे सीगा वो किन्ना कुचिया अज शुरुआत हो गई है कि बस अमरूद तो बथेरे लगे हुए परमात्मा की कृपा नाल पर चक्कर यह है भी हजे ना थोड़े थोड़े कच्चे है देखो ऐदा दे अमरूद बहुत है अपन दिखाना थोड़ा मैं बहार जाके हम शुरुआत हो गई एक दिन भार लियो डेली दो चार थे जा करे नाल खाले रखे ने उन्होंने रख लेना फिर नहीं खाधे जाते फिर खराब हो जाते हैं करके आ देखो इन्ने सारे से आ गए भाई किलो तो हो गए हो गए अमरूद आ तो खाने वाला मैं ही खा जाना खट्टा मिठा बहुत स्वाद है ये स्वाद है उरले दे खा जा करा कोई नहीं तोड़ लिया मैं जे कि ऑपरेशन हो जाता तोड़ दें उन्होंने अद्धे कच्चे पानी वढ़ लिया खाल च पैन लग गया जिहड़ी मेरे मोढ़े ते रखी आ इहनू अपने जिंदरी कहिंदे जिंदरी इहदे नाल बट्टां पांगा जांदियां हत्थां दे नाल पानी आउण लग पिया गा ते तुसीं मैनूं ऐ दस्सिओ जिहड़े जिहड़े अपनी वीडियोज़ देखदे आ पिंडां नाल भी बिलोंग करदे नूं वी तुहाडे पिंड नूं की कहिंदे हैगे क्योंकि हरेक एरिए दे विच मालवा माझा दुआबा है ना पुआध हरेक दे विच अलग अलग चीज़ां दे अलग अलग नाम आ सो तुसीं दस्सो तुहाडे पिंडां च की कहिंदे आ ते हुण आपां इहदियां तिन चार वट्टां खिच दईए क्यारे बणा दईए उस तों बाद पानी पई जाऊगा आपे नौ बजे तीन बारी है शाम की अपनी दबी रखा किली तुम अंदर ही बैठे गैसट ना रिसीव नहीं करना तो फिर क्यों हो गया गुत्ते रबड़ नहीं पाई ती चलो बजो करा बैठ ढूटा मत आ गई गड्डिया लोग कहते पहुंच गए लोग गया राजू का सत श्रीकाल लोग गया तू मेरे किधर आए चुंदा
ਹੌਲੀ ਹੌਲੀ ਨਿਕਲਦੇ ਅੱਧੇ ਆ ਬੈੱਡ ਤੇ ਡੈਕੋਰੇਸ਼ਨ ਵੀ ਆ 2-3 ਉਹ ਚੱਕਤਾ ਇੱਕ ਤਾਂ ਇੱਕ ਆ ਪਈ ਇੱਕ ਆ ਸੀ ਆ ਬੈਠੀ ਆ ਬੈਠੀ ਆ ਉਹ ਗਈ ਇਹ ਵੇਖੀ ਜਾਓ ਨਿਸ਼ਾਨਾ ਪੀਤਾ ਬੜਾ ਤਕੜਾ ਇਹ ਉਹ ਜਾ ਬੇਇੱਜ਼ਤੀ ਕਰਾਤੀ ਤੂੰ ਤਾਂ ਫੜ ਲਈ ਠੀਕ ਆ ਹੋਰ ਮੈਂ ਕਿਹਾ ਪਤਾ ਨਹੀਂ ਕੀ ਹੋਊਗਾ ਕਿੱਥੇ ਆ ਪੀਤੇ ਦਾ ਹੁਣ ਖੜਕਾ ਦੋ ਸਾਰੀਆਂ ਮੱਕੀਆਂ ਮੁੱਕੀਆਂ ਹੁਣ ਮਾਰ ਦੇਣਗੇ ਬਣਾ ਕੇ ਫਿਰ ਹੌਲੀ ਜੀ ਮੇਰਾ ਵੀਰ ਗੁਲਾਬ ਜਾਮਣ ਲਿਆਇਆ ਗੱਡੀ ਨਵੀਂ ਅਸੀਂ ਦੇਖਣ ਆਏ ਸੀਗੇ ਵੀ ਕਿਹੜੀ ਲੱਗੇ ਆਹ ਔਰਾ ਖੜੀ ਹੈਗੀ ਤੇ ਜਾਂ ਕ੍ਰੇਟਾ ਦੇਖ ਰਹੇ ਹਾਂਗੇ ਜਿਹੜੇ ਵੀ ਸਾਨੂੰ ਪਸੰਦ ਆਈ ਲੈ ਲਾਂ ਕਿੰਨੀ ਰਾਸ਼ੂ ਚੱਕ ਕੇ ਫੱਟੇ ਭਰਾ ਬਾਜੀ ਜੀ ਟਰਾਈ ਟਰੂਈ ਲੈਂਦੇ ਹਾਂ ਫਿਰ ਦੱਸਦੇ ਹਾਂ ਤੁਹਾਨੂੰ ਸਾਰਿਆਂ ਨੂੰ ਕੀ ਹਿਸਾਬ ਕਿਤਾਬ ਇਹਦਾ ਭਾਈ ਇਹ ਗੱਡੀ ਲੈ ਕੇ ਆਪਦੀ ਗੱਡੀ ਜਾ ਕੇ ਬਹਿ ਗਿਆ ਅਸੀਂ ਤਾਂ ਕਿਹੜਾ ਜਹਾਜ਼ ਲੈਣਾ ਸੀਗਾ ਅਸੀਂ ਤਾਂ ਆਪਣਾ ਕੁਛ ਨਾ ਸਮਾਨ ਸੀਗਾ ਇਹਦੀਆਂ ਆਹ ਸੋਚਾਂ ਜਿਹੀਆਂ ਖਰਾਬ ਸੀਗੀਆਂ ਇਹ ਪੁੱਛਣਾ ਸੀਗੀ ਆਪਣੇ ਏਜੰਸੀ ਸੀਗੀ ਗੱਲ ਬੱਤੀ ਉੱਥੋਂ ਅਤੇ ਵਾ ਹੁਣ ਚੱਲਦੇ ਹਾਂ ਘਰੇ ਫਿਰ ਚੱਲ ਕੇ ਘੰਟਾ ਪੈਂਦੇ ਹੈਗੇ ਵੀ ਬਾਹਰੋਂ ਬੁਰੂ ਵਾਹਵਾ ਥਾਵਾਂ ਤੋਂ ਪਤਾ ਕਰਿਆ ਸੀਗਾ ਮਿਲਦਾ ਨਹੀਂ ਸੀਗਾ ਇਹ ਅਤੇ ਚਲੋ ਪਤਾ ਕਰ ਲਿਆ ਗਾ 20,000 ਰੁਪਏ ਦਾ ਆਹ ਪਤਾ ਕਿੰਨੇ ਦਾ 6,200 ਦਾ ਆਹ ਜਗਾੜ ਜਾ ਅਤੇ ਉਹ ਹੈਗਾ 5,200 ਦਾ ਅਤੇ ਫਰਕ ਕੀ ਇਹਨਾਂ 'ਚ ਡੱਕੇ ਦਾ ਵੀ ਫਰਕ ਨਹੀਂ ਗਾ ਇਹ ਕਹਿੰਦੇ ਸ਼ੇਪਾਂ ਦਾ ਫਰਕ ਆ ਫਲਾਨਾ ਫਰਕ ਆ ਕੋਈ ਫਰਕ ਨਹੀਂ ਗਾ ਉੱਧਰ ਤਾਂ ਨਹੀਂ ਆਇਆ ਨਹੀਂ ਫਿਰੋਜ਼ਪੁਰ ਤਾਂ ਨਹੀਂ ਆਇਆ ਪਾਣੀ ਬੀਬੀ ਤਾਂ ਪਈ ਆ ਹੋਰ ਫਿਰ ਬੀਬੀ ਤੂੰ ਤਗੜੀ ਰਹਿੰਦੀ ਆ ਚੱਲੀ ਜਾਂਦਾ ਕੰਮ ਸਹੁਰਿਆਂ ਵਾਲੇ ਬਿਸਕਟ ਵੀ ਖਾ ਕੇ ਵੇਖ ਲਗੇ ਪੇਕਿਆਂ ਵਾਲੇ ਤਾਂ ਬਥੇਰੇ ਖਾਧੇ ਆ ਜੂੜਾ ਜੂੜਾ ਚੱਲੂ ਫਿਰ ਦਵਿੰਦਰ ਕੀ ਕਹਿੰਦੀ ਮੋਟੇ ਆ ਨਹੀਂ ਸਵਾਦ ਆ ਉਹ ਜਿਹੜੇ ਦੂਜੇ ਹੁੰਦੇ ਆ ਨਾ ਖਾ ਲਓ ਵੀ ਖਾ ਲਓ ਆਪਣੇ ਸਹੁਰਿਆਂ ਤੋਂ ਆਏ ਹੈਗੇ ਆ ਸਾਰਾ ਸਮਾਨ ਆਇਆ ਦਵਿੰਦਰ ਦੇ ਸੰਧਾਰੇ ਦਾ ਸੋ ਇਹ ਦੇਖ ਕੇ ਹੁਣ ਟਾਈਮ ਹੋ ਗਿਆ 4:15 ਹੁਣ ਪਈ ਅਰਗੇ ਚੱਲਿਆ ਪਿੰਡ ਨੂੰ ਅਸੀਂ ਤਾਂ ਕਹੀ ਰਹਿ ਪਓ ਪਰ ਰਾਜੂ ਕਹਿੰਦਾ ਮੈਂ ਤਾਂ 5 ਦਿਨ ਹੋ ਗਏ ਮੈਂ ਸੁੱਤਾ ਨਹੀਂ ਗਾ ਮੀਂਹ ਨਹੀਂ ਰਾਜੂ ਕਹਿੰਦਾ ਜਿੱਦਣ ਮੈਂ ਝੜੀ ਲੱਗ ਜੇ ਉਦਾਂ ਫਿਰ ਗੱਲ ਹੈ ਇਹ ਕੀ ਦਾ ਅੱਛਾ ਅਮਨ ਆਈ ਨੀ ਨਾ ਤਾਂ ਕਰਕੇ ਹੈ ਇੱਥੇ ਆ ਇਹਦੇ 'ਚ ਪਏ ਆ ਲਫਾਫੇ ਤੇਰੇ ਮਗਰ ਪੀਤੇ ਆ ਵੀ ਪਏ ਆ ਇਹਦੇ 'ਚ ਟੱਕ ਵੀ ਇੰਨਾ ਕੁਛ ਬਾਈਰ ਕੇ ਲੈ ਕੇ ਆ ਆਪਣਾ ਕੋਈ ਹੱਕ ਬਣਦਾ ਕਿ ਨਹੀਂ ਮੈਂ ਕਿਹਾ ਚਲੋ ਆਪਾਂ ਸਬਜ਼ੀ ਵਾਲੇ ਬੰਦਿਆਂ ਗੰਢੇ ਕਰੇਲੇ ਸਬਜ਼ੀ 2 ਡੰਗਾਂ ਰੱਖ ਦਈਏ ਹਲ ਫੜੀ ਇਹਨੂੰ ਰਾਸ਼ੂ ਛੱਡ ਦਿਓ ਥੱਲੇ ਆਉਂਦੇ ਨੇ ਕੱਢ ਲਿਓ ਯਾਦ ਨਾਲ ਉਹ ਸਬਜ਼ੀ ਵੀ ਰੱਖ ਦਿਓ ਮਗਰ ਆਪੜਾ ਮੇਲੇ ਗੇਲੇ ਹੋ ਰਹੇ ਆ ਫਿਰ ਦਵਿੰਦਰ ਨੇ ਰੋਣਾ ਵੀ ਆ ਰੋਂਦੇ ਵੀ ਹੁੰਦੇ ਜਾਂਦੇ ਹੁੰਦੇ ਸਹੀ ਗੱਲ ਆ ਹੈਂ ਠੀਕ ਆ ਚੰਗਾ ਜੀ ਬੀਬੀ ਪਰਸੋਂ ਦੇਖਿਓ ਤੂੰ ਵੀ ਆਏਗੀ ਵਿੱਚ
बहुत डिगी आ लो भी राजू भेत पा गया हूं राजू सड़क नहीं आता नहीं हूं तो सड़क जाऊगा सड़क देख ली कहना बनी भी आ सड़क जाऊगा लो भी चले बई अर्गे टाइम भी काफी लग जाता ना जाने दो ढाई घंटे लग जाते चलो जी बाय बाय हैलो हाय ओके बाय दविंदर ने रोई नहीं अज है माड़ा मोटा तो चलो बंदा भी इन्ना फिर अगले ऐ लगता तो जमे ही नहीं साडा करते कुत्ते फिर माड़ा मोटा बंदा हाँ करके तेन रोन लग गई चल कोई नी खा लो फ्रूट ਹੁਣ ਤਾਂ ਲਾਂਭਣਾ ਦੇ ਫਰੂਟ ਆ ਗਏ ਤੇਰੇ ਹੱਥ ਤੂੰ ਖਾ ਲਈ ਆਪਦੇ ਕਿ ਨਹੀਂ ਆਂਟੀ ਸਾਨੂੰ ਨਗੇ ਮੰਡ ਕੋ ਲਿਆਉਣ ਨੂੰ ਇਹਨੂੰ ਫਰਿੱਜ 'ਚ ਰੱਖੋ ਆਉਣ ਸਾਰੀ ਪੋਸਟਮਾਰਟਮ ਕਰਤਾ ਨਾ ਪੋਸਟਮਾਰਟਮ ਤੂੰ ਤਾਂ ਦੁਪਹਿਰ ਤਾਈ ਜ਼ਰੂਰ ਟਕਾ ਕੇ ਰੱਖਿਆ ਵੀ ਤੇ ਮੈਂ ਅੱਜ ਨੂੰ ਫੋਟੋ ਖਿੱਚ ਲੈਂਦਾ ਪਪੀਤਾ ਲਓ ਵੀ ਮੈਂ ਆਪਦਾ ਜਿਹੜਾ ਕੰਮ ਸੀਗਾ ਆਪਾਂ ਉਹਦੀ ਨਵੇੜਤਾ ਸੀਗਾ ਪੱਠੇ ਪਾਤੇ ਸੀਗੇ ਗੋਆ ਗਾ ਸਿੱਟ ਤੇ ਮੈਨੂੰ ਪਤਾ ਸੀਗਾ ਕਿਹੜੀ ਉਹ ਲਾਈਟ ਪਤਾ ਨਹੀਂ ਕੀ ਗੱਲ ਹੈ ਉਹ ਸੁੱਚਾ ਦੋ ਚਰ ਚਰ ਜੇ ਕਰ ਦੇਗਾ ਉਹਨੂੰ ਬਸੰਤ ਨਹੀਂ ਵੇ ਵੇ ਖੜ ਜਾ ਖੰਭੜਗਾ ਉਹ ਖੜਤਾ ਜਾਓ ਉਹ ਖੜ ਜੋ ਕਮਾਲ ਆ ਤੁਹਾਡੇ ਵਾਲੀ ਮੈਨੂੰ ਲੱਗਦਾ ਜਮੇ ਆਉਂ ਸਾਰੀ ਦੇੜਤਾ ਸਾਰਾ ਕੁਝ ਮੈਂ ਤੜਕੇ ਦੀ ਸਬਰ ਕਰੀ ਬੇਟੀ ਮੈਂ ਖੋਲਦੀ ਸੀਗੀ ਇੰਨਾ ਸਬਰ ਆ ਬਰਫੀ ਹੈ ਜਿਹੜੀ ਤੇਰੇ ਕੋਲ ਕਾਜੂ ਕਤਲੀ ਕੀ ਹੈ ਐਜੇ ਲੱਗਦਾ ਆ ਦੇਖੋ ਸਵਾਰ ਤੋਂ ਆਈ ਨੋ ਤੇਰੇ ਕੋਲ ਨਹੀਂ ਗਲਾਬ ਜਮਣਾ ਉਹ ਆ ਕਿਹੜਾ ਗਲਾਬ ਜਮਣਾ सब्जी तोड़नी अज कि हूं देखो इन्हें दविंदर ने हूने हाथ छिल लेने लाल कि नीला हरा पीला संतरी हरा ठीक है बॉटल ग्रीन आंटी कहती है कि सेम ही कलर आ मैजेंटा कलर या ओ मैरून कलर सी पहला रेड सी अच्छी बात है अच्छी बात है लो भी अपना तो फिर टाइम हो गया गा अजे मैं तो अजे पिया ही सीगा फिर कहते तोरियां तोड़ना गा इधर दाने वाला बठल फिर लाई बैठा गा एक अद्धा तो खा लेने चलो चलो फिर चल गए तोड़ गए फिर समान सब्जी हां बड़ा मेरे अकाउंट 2.5-3 लाख रुपए का चेक आया ना मोमोज खवाउन नु शुक्र है सानू भी कद सहरे दे जाते कोई सौ दो अभी तो हम तरसे पे सू कोई पैसे मैंने तो कोई पैसे नहीं देके आते कोई रिश्तेदार भी नहीं देके आता बब्बू पीते नहीं नहीं उमें जिम इन्हों रिश्तेदार आते पैसे दे जाते मैं तो भाई अपील करता जो रिश्तेदार आता मैं जे इन्हों पैसे देके जाने उन्हें मैंने भी देके जाया करो ठीक है ना फिर मैंने दिखाऊ दिखा फिर दिखा रहा सू फलाना 100 देगा 200 दे गया हाँ जी तो दविंदर का जोड़ा सी ना संधारा अच्छ दे गया गे सो सारे चा सी खुशी सी सो सारा कुछ वधिया हो गया तो बाकी हूँ क
कल देखते हैं पक्की करते हैं करते हैं नवा दिन थोड़े ना शेयर। तो जिन्होंने इतों तक वीडियो देखी है लाइक किए बिना बिल्कुल नहीं जाना, कमेंट कराया करो, जेडे नवे है चैनल जरूर सबसक्राइब करो। तो मिलते हैं कल एक होर नवे ब्लॉग नाल, टिल देन बाय बाय, टेक केयर, गुड नाइट।